ਲਓ ਵੀ ਸੱਜਣੋ, ਜੇ ਤੁਹਾਡੇ ਬਾਣ 'ਚ ਵੀ ਆਹ ਭੁਮੱਕੜ ਦਿਖ ਰਿਹਾ ਤਾਂ ਸਾਵਧਾਨ ਹੋ ਜਾਓ। ਬਹੁਤੇ ਸਾਰੇ ਸੱਜਣ ਜਿਹੜੇ ਮੱਕੀ ਬੀਜਦੇ ਆ ਉਹ ਤਾਂ ਇਸ ਭੁਮੱਕੜ ਨੂੰ ਜਾਣਦੇ ਆ, ਅਤੇ ਬਹੁਤੇ ਸਾਰੇ ਕਿਸਾਨ ਭਰਾ ਨਹੀਂ ਜਾਣਦੇ। ਇਸੇ ਲਈ ਜਿੰਨਾ ਵੀਰਾਂ ਦੇ ਮੱਕੀ ਬੀਜੀ ਵੀ ਹੈ, ਜੇ ਤੁਹਾਨੂੰ ਵੀ ਇਹ ਬਾਣ ਦੇ ਵਿੱਚ ਭੁਮੱਕੜ ਦਿਖ ਰਿਹਾ, ਸਵੇਰੇ ਸਵੇਰੇ ਇਸ ਦੀ ਸਪੀਡ ਤੁਹਾਨੂੰ ਸਲੋਅ ਦਿਸੂਗੀ ਜਿਵੇਂ ਹੁਣ ਦਿਖ ਰਹੀ ਹੈ, ਪਰ ਜਿਵੇਂ ਜਿਵੇਂ ਗਰਮਾਇਸ਼ ਹੋਈ ਜਾਊ, ਦਿਨ ਗਰਮ ਹੋਈ ਜਾਊਗਾ, ਅਤੇ ਇਹਦੀ ਸਪੀਡ ਤੇਜ਼ ਹੋਈ ਜਾਂਦੀ ਹੈ। ਇਹ ਇੱਕ ਬੂਟੇ 'ਚ ਸੌਆਂ ਦੇ ਹਿਸਾਬ ਨਾਲ ਅੰਡੇ ਧਰ ਦਿੰਦਾ, ਅਤੇ ਹਰ ਰੋਜ਼ ਹਜ਼ਾਰਾਂ ਦੇ ਹਿਸਾਬ ਨਾਲ ਅੰਡੇ ਦਿੰਦਾ। ਅਤੇ ਜੇ ਕਿਤੇ ਤੁਸੀਂ ਇੱਕ ਦੋ ਦਿਨ ਲੇਟ ਹੋ ਗਏ ਸੱਜਣੋ, ਤਾਂ ਇਹ ਮੱਕੀ ਖਤਮ ਕਰ ਦਿੰਦਾ। ਇਹਦੀ ਅੰਡੇ ਦੇਣ ਦੀ ਸ਼ਮਤਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਜਦੋਂ ਹੀ ਇਹ ਤੁਹਾਡੇ ਬਾਣ ਦੇ ਵਿੱਚ ਦਿਖੇ ਤਾਂ ਟਾਈਮ ਰਹਿੰਦੇ ਹੀ ਮੱਕੀ 'ਤੇ ਸੁੰਡੀ ਵਾਲੀ ਸਪਰੇ ਕਰੋ। ਉਹ ਤੁਸੀਂ ਆਪਦੇ ਹਿਸਾਬ ਨਾਲ ਕਰ ਲਿਓ ਜਿਹੜੀ ਤੁਸੀਂ ਕਰਦੇ ਹੋ। ਅਤੇ ਇਹ ਵੀਡੀਓ ਨੂੰ ਹੋਰ ਸੱਜਣਾ ਮਿੱਤਰਾਂ ਦੋਸਤਾਂ ਤੱਕ ਵੀ ਸ਼ੇਅਰ ਕਰਿਓ, ਤਾਂ ਜੋ ਹਰ ਇੱਕ ਕਿਸਾਨ ਭਰਾ ਨੂੰ ਇਸ ਬਾਰੇ ਜਾਣਕਾਰੀ ਹੋ ਸਕੇ। ਜੇ ਪੇਜ 'ਤੇ ਪਹਿਲੀ ਵਾਰੀ ਆਏ ਹਾਂ ਤਾਂ ਪੇਜ ਨੂੰ ਕਰ ਲਓ ਫੋਲੋ, ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ।